ਤੁਹਾਡੇ ਪੁੱਤਰ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਕਿੱਥੇ ਬੈਠਾ ਸੀ ਤੁਹਾਡਾ ਪੁੱਤਰ ਘਰੇ ਸੀ ਜਾਂ ਬਾਹਰ ਸੀਗਾ ਉਹ ਆਉਂਦਾ ਸੀ ਜੀ ਉਹ ਤਾਂ ਉਧਰ ਆਉਂਦੇ ਦਫ਼ਤਰ ਚ ਆਉਂਦਾ ਸੀਗਾ ਦਫ਼ਤਰ ਚ ਆਉਂਦਾ ਸੀਗਾ ਆਪਣੇ ਘਰ ਨੂੰ ਆਉਂਦਾ ਸੀ ਠੀਕ ਹੈ ਜਦ ਆਉਂਦਾ ਨਹੀਂ ਬਸ ਉਹਨਾਂ ਨੇ ਉਹਦੀ ਉਹਨਾਂ ਹੱਥ ਖੜਾ ਕਰਦਾ ਉਹ ਮੁੰਡੇ ਨੇ ਵੀ ਹੱਥ ਖੜਾ ਕਰਦਾ ਠੀਕ ਹੈ ਜੀ ਬਸ ਉਹਦੀ ਤੇ ਘੇਰ ਲਿਆ ਘੇਰ ਕੇ ਕੁੱਟਮਾਰ ਕੀਤੀ ਗੱਡੀ ਦੇ ਟਾਕੀ ਖੋਲੀ ਹੋਈ ਸੀ ਉਹਨਾਂ ਹੀ ਤਾਂ ਵੀ ਅਸੀਂ ਟਾਕੀ ਦੇ ਵਿੱਚ ਸਿੱਟਾਂਗੇ ਠੀਕ ਹੈ ਜੀ ਵੀ ਲੈ ਕੇ ਜਾ ਰਹੇ ਸੀ ਕਿਡਨੈਪ ਕਰਕੇ ਲੈ ਕੇ ਜਾਂਦੀ ਉਤਰਾਦ ਸੀਗੇ ਉਹ ਕੱਲਾ ਸੀ ਉਹਦੇ ਕੋਲ ਕੋਈ ਸੰਦ ਨਹੀਂ ਸੀ ਕੋਈ ਚੀਜ਼ ਨਹੀਂ ਸੀ ਉਹਨਾਂ ਕੋਲ ਕਿਰਪਾਨਾ ਅਸਲਾ ਸਾਰਾ ਸਮਾਨ ਸੀ ਉਹਨਾਂ ਕੋਲ ਜਾਨੀ ਉਹ ਡਾਲਾ ਖੋਲ ਲੈ ਸੀ ਉਹਨਾਂ ਦੀ ਚੱਕਰ ਦੀ ਪੂਰੀ ਕੋਸ਼ਿਸ਼ ਸੀ ਵੀ ਚੱਕ ਮੈਂ ਤਾਂ ਪਹਿਲਾਂ ਵੀ ਇਹਦੇ ਯਾਰ ਦੋਸਤ ਆਉਂਦੇ ਹੋਣਗੇ ਪਹਿਲਾਂ ਕੋਈ ਐਸਾ ਡਰ ਨਹੀਂ ਹੋਇਆ ਸੀ ਮਾਨਚਣਾ ਤੇ ਹੁਣ ਤਾਂ ਡਰ ਵੱਡਾ ਹੋ ਗਿਆ ਹੋਊਗਾ ਜਦੋਂ ਕੋਈ ਮੁੰਡੇ ਆਉਣਗੇ ਮਿਲ ਲਈ ਇਹਨੂੰ ਮਿਲਣਾ ਸਾਰਾ ਦਿਨ ਆਉਂਦੇ ਸੀ ਫੋਟੋ ਖਿਚਾ ਕੇ ਲਈ ਜਾਂਦੇ ਸੀ ਸਾਰਾ ਦਿਨ ਠੀਕ ਹੈ ਉਹ ਵੀ ਇਹ ਤੁਰੇ ਪਿੱਛੇ ਤੋਂ ਕਿਹੜਾ ਫਿਕਰ ਸੀਗਾ ਪਿੰਡ ਦੇ ਵਿੱਚ ਜੀ ਕਿਹੋ ਜਿਹਾ ਸੁਭਾਅ ਹੈ ਪ੍ਰੋਡਿਊਸਰ ਦਾ ਤੁਸੀਂ ਸਾਰੇ ਇੱਥੇ ਖੜੇ ਹੋ ਬਹੁਤ ਵਧੀਆ ਬਈ ਕੋਈ ਅਸੀਂ ਮਾੜਾ ਨਹੀਂ ਦੇਖਿਆ ਉਹਦਾ ਠੀਕ ਹੈ ਜੀ ਅਸੀਂ ਮਾੜਾ ਨਹੀਂ ਦੇਖਿਆ ਗਿਆ ਠੀਕ ਹੈ ਤੇ ਜਿਵੇਂ ਇਹਦਾ ਤੱਕਾਸ਼ਾਹੀ ਹੋਈ ਉਹਦੇ ਨਾਲ ਤੱਕਾਸ਼ਾਹੀ ਹੋਈ ਹੈ ਹਾਂ ਬਸ ਤੇ ਜਿਵੇਂ ਮੰਨ ਲਓ ਕਹਿ ਕਹਿੰਦੇ ਵੀ ਵੀਡੀਓ ਗਲਤ ਬਣਾਉਂਦਾ ਇਹਦੇ ਵਿੱਚ ਦੇਖੋ ਕੋਈ ਗਲਤ ਨਹੀਂ ਨਾ ਦੇਖਣ ਨਾ ਦੇਖਣ ਜੀ ਹਾਂ ਜਿਹੜੀ ਗੱਲ ਹੈ ਗਲਤ ਪਾਉਂਦਾ ਜਮਾ ਨਾ ਦੇਖਣ ਉਹ ਕਹੀ ਜਾਂਦਾ ਵੀ ਮੈਂ ਮੇਰੀ ਜਮਾ ਨਾ ਦੇਖੂ ਠੀਕ ਹੈ ਜੀ ਫਿਰ ਕੁੱਟ ਮਾਰ ਤਾਂ ਨਹੀਂ ਕਰਨੀ ਉਹਨੂੰ ਲਿਜਾਣ ਦੀ ਕੋਸ਼ਿਸ਼ ਕਰੀ ਡਾਲਾ ਖੋਲ ਲਿਆ ਸੀ ਉਹਦਾ ਰੌਲਾ ਅਸੀਂ ਪਾਇਆ ਤਿੰਨ ਦੋਨਾਂ ਤਿੰਨਾਂ ਜਾਣੀਆਂ ਠੀਕ ਹੈ ਤੁਸੀਂ ਮੌਕੇ ਤੇ ਖੜੇ ਸੀ ਹਾਂ ਅਸੀਂ ਮੌਕੇ ਤੇ ਸਾਰੇ ਹਾਂ ਠੀਕ ਹੈ ਤੇ ਅੱਜ ਫਿਰ ਕੀ ਕਾਰਵਾਈ ਕਰੋਗੇ ਜਿਹੜਾ ਅੱਜ ਦਾ ਇਕੱਠ ਕੀਤਾ ਗਿਆ ਬਈ ਅਸੀਂ ਤਾਂ ਇਕੱਠ ਕਰਨ ਵਾਸਤੇ ਨਹੀਂ ਕਾਤੇ ਬਸ ਉਸਦਾ ਦਾ ਪਰਚਾ ਕਰਾਉਣਾ ਹੈ ਬਸ ਠੀਕ ਹੈ ਜੀ ਤੇ ਮਾਤਾਵਾਂ ਨੇ ਇਹ ਬਈ ਜਿਹੜਾ ਕੱਲ ਕੁੱਟਾ ਗਿਆ ਉਹਨੂੰ ਇਹ ਪਿੰਡ ਦੀ ਮੰਗ ਆ ਵੀ ਪਿੰਡ ਦੀ ਪੰਚਾਇਤ ਨੂੰ ਦੱਸ ਕੇ ਕੋਈ ਵੀ ਕਾਰਵਾਈ ਕਰਨੀ ਸੀ ਦੱਸ ਦੇ ਕੋਈ ਗਲਤੀ ਹੋਈ ਪਿੰਡ ਨੂੰ ਦੱਸ ਦੇ ਤੇ ਇਹਦੇ ਕਰਕੇ ਹੋਇਆ ਬਾਈ ਸਾਰਾ ਇਕੱਠ ਪਿੰਡ ਮਤਲਬ ਕਹਿ ਰਿਹਾ ਵੀ ਸਾਨੂੰ ਦੱਸ ਕੇ ਕਰਨਾ ਜੋ ਵੀ ਕਰਨਾ ਸੀਗਾ ਇਹਨਾਂ ਮਤਲਬ ਕੁੱਟਣਾ ਕਿਸੇ ਨੂੰ ਗਲਤ ਗੱਲ ਲੱਗਦਾ ਨਹੀਂ ਵੀ ਜੇ ਇਹ ਇੱਕ ਸਟੰਟ ਕੀਤਾ ਗਿਆ ਆਪਣੇ ਆਪ ਨੂੰ ਇੱਕ ਉਜਾਗਰ ਕਰਨ ਲਈ ਲੋਕਾਂ ਦੇ ਮੂਹਰੇ ਆਪਣੀ ਪਬਲਿਸਿਟੀ ਕਰਨ ਲਈ ਕੀਤਾ ਗਿਆ ਸਾਰਾ ਕੁਝ ਦੇਖੋ ਬਾਈ ਜੀ ਚਲੋ ਕਰਦੇ ਆ ਗੱਲ ਕਰਦੇ ਵੈਸੇ ਆ ਸਰਪੰਚ ਪੰਚਾਇਤ ਇਕੱਠੀ ਸਾਰੇ ਪਿੰਡ ਦੀ ਬਾਕੀ ਸਾਰਾ ਪਿੰਡ ਇਕੱਠਾ ਦੇਖੋ ਕੀ ਬੰਦਾ ਤੇ ਹੋਰ ਤੋਂ ਅੰਤੇ ਹੈਗੇ ਇੱਥੇ ਕੋਈ ਹਾਂ ਸਰਪੰਚ ਸਾਹਿਬ ਖੜੇ ਨੇ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਅਸੀਂ ਆ ਬਾਈ ਜੀ ਠੀਕ ਹੈ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਕੱਲ ਇੱਕ ਬੜਾ ਜਾਨੀ ਕਿ ਫੇਮਸ ਹੀ ਹੋਇਆ ਇੱਕ ਚੀਜ਼ ਆਪਣੀ ਪਬਲਿਸਿਟੀ ਲਈ ਨੇ ਗੰਸਿੰਘਾਂ ਵੱਲੋਂ ਪ੍ਰੋਡਿਊਸਰ ਡੀ ਐਕਸ ਨੂੰ ਕੁੱਟਿਆ ਗਿਆ ਤੇ ਕਿਹਾ ਗਿਆ ਕਿ ਪਿੰਡ ਦੀ ਸੱਤ 'ਚ ਕੁੱਟ ਕੇ ਆਏ ਆ ਜਾਨੀ ਕਿ ਪਿੰਡ ਨੂੰ ਵੀ ਵੰਗਾਰਿਆ ਗਿਆ ਇਸ ਦੇ ਵਿੱਚ ਕੀ ਕਹਿਣਾ ਚਾਹੋਗੇ ਬਈ ਬਾਕੀ ਗੱਲ ਇਹ ਹੈ ਵੀ ਇੱਕ ਬੰਦੇ ਨੂੰ ਪੰਜ ਛੇ ਬੰਦੇ ਦਸ ਬੰਦੇ ਕੁੱਟਣ ਆ ਗਏ ਹੈ ਨਾ ਇਹਦੇ ਵਿੱਚ ਸਾਡੇ ਪਿੰਡ 'ਚ ਗੰਦ ਵੀ ਹੈ ਠੀਕ ਹੈ ਗੰਦ ਕੀ ਹੈ ਉਹ ਟਾਈਮ 'ਚ ਕਹਿਆ ਸਾਨੂੰ ਉਹਦਾ ਵੀ ਪਤਾ ਠੀਕ ਹੈ ਜੀ ਅਸੀਂ ਉਹਨੂੰ ਛੱਡਦੇ ਨਹੀਂ ਹੈਗੇ ਠੀਕ ਹੈ ਹਾਂ ਸਾਨੂੰ ਲਕਾਰ ਕੇ ਟਾਈਮ ਦੇਣਾ ਚਲੋ ਜੇ ਪ੍ਰੋਡਿਊਸਰ ਗੱਲ ਗੰਦੀ ਹੈ ਗੱਲ ਫਿਲਮਾਂ ਬਣਾਉਂਦਾ ਕੋਈ ਦਿੱਕਤ ਨਹੀਂ ਹੈ ਨਾ ਉਹਨੂੰ ਬਾਹਰੇ ਦੇਖ ਲੈਂਦੇ ਪਿੰਡ ਦੇ ਲਲਕਾਰਨ ਦਾ ਕੀ ਕੰਮ ਹੈ ਜਿਹੜਾ ਇਹਨੇ ਕਿਸੇ ਨੂੰ ਕੁੱਟ ਕੇ ਗਿਆ ਜੇ ਉਹਦੇ ਪਿੰਡ ਵਿੱਚ ਅਸੀਂ ਬੰਦਾ ਕੁੱਟਣ ਜਾਈਏ ਉਹ ਜਰਲੂ ਸਹੀ ਗੱਲ ਹੈ ਠੀਕ ਹੈ ਅਸੀਂ ਬਾਈ ਜੋ ਹੈਗੀ ਆ ਕਾਰਵਾਈ ਉਹ ਕਰਾਂਗੇ ਜਿਹੜੇ ਪਿੰਡ ਵਿੱਚ ਸਾਡੇ ਦੱਲੇ ਬੰਦੇ ਨੇ ਟਾਈਮ ਚੁਕਾਇਆ ਉਹ ਬੰਦੇ ਦਾ ਅਸੀਂ ਉਹ ਹਾਸਰ ਕਰਾਂਗੇ ਕੋਈ ਗੱਲ ਨਹੀਂ ਮੈਂ ਹੁਣੀ ਪਹੁੰਚਿਆ ਹਾਂ ਜੇ ਪ੍ਰੋਡਿਊਸਰ ਵੀ ਆ ਰਿਹਾ ਅਸੀਂ ਉਹਦੇ ਸਖਤ ਕਾਰਵਾਈ ਉਹ ਬੰਦੇ ਦੇ ਕਰਨੀ ਹੈ ਜਿਹੜਾ ਕੁੜਕੜੂ ਹੈ ਅੱਜ ਕੱਟ ਕਾਹਦੇ ਵਾਸਤੇ ਕੀਤਾ ਗਿਆ ਇਹ ਉਹ ਪਿੰਡ ਨੂੰ ਮੰਗਾਰਦਾ ਜਿਹੜਾ ਬੰਦਾ ਜਿਹੜਾ ਬੰਦੇ ਨੇ ਅਸੀਂ ਬਾਈ ਟਾਈਮ ਚ ਗਿਆ ਉਸ ਲਈ ਕੱਟ ਕੀਤਾ ਗਿਆ ਜਾਂ ਬਾਈ ਉਸ ਲਈ ਵੀ ਆ ਅਸੀਂ ਆਪਦੇ ਗੱਲਬਾਤ ਕਰਦੇ ਆ ਠੀਕ ਹੈ ਪਿੰਡ ਦਾ ਕੱਟ ਕਰਿਆ ਜਿਵੇਂ ਵੀ ਪਿੰਡ ਲੈਵਲ ਤੇ ਕੱਟ ਕਰਿਆ ਵੀ ਪ੍ਰੋਡਿਊਸਰ ਦੇ ਸੱਟ ਕਿਉਂ ਮਾਰੀ ਗਈ ਟਾਈਮ ਕਿਹਨੇ ਚੁਕਾਇਆ ਗਿਆ ਅਸੀਂ ਕੱਚੇ ਪਰੀ ਗੱਲ ਨਹੀਂ ਕਰਨੀ ਕੋਈ ਪਹਿਲਾਂ ਉਹ ਬੰਦੇ ਦੀ ਕਾਲ ਡਿਟੇਲ ਕਢਾ ਕੇ ਅਸੀਂ ਪਿੰਡ ਦੇ ਵਿੱਚ ਉਹ ਬੰਦੇ ਦਾ ਭਾਂਡਾ ਸੇਕਾਂਗੇ ਚਾਹੇ ਕੋਈ ਵੀ ਹੈ ਤੁਹਾਨੂੰ ਲੱਗਦਾ ਨਹੀਂ ਵੀ ਇਹ ਪੁਲਿਸ ਕਾਰਵਾਈ ਪਹਿਲਾਂ ਨੂੰ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਸੀ ਜੇ ਪੁਲਿਸ ਨਾ ਕੁਝ ਕਰਦੀ ਤਾਂ ਇਹ ਤੁਹਾਨੂੰ ਇਤਲਾਹ ਦੇ ਕੇ ਖੁਦ ਬਾਅਦ ਕੁਝ ਕਰ ਸਕਦੇ ਭਾਈ ਆਹੀ ਤਾਂ ਫਿਰ ਮਜਬੂਰੀ ਹੋ ਗਈ ਜਿਹੜਾ ਇਕੱਠ ਕਰਨਾ ਪੈ ਗਿਆ ਠੀਕ ਹੈ ਜੀ ਇਹਦਾ ਕਾਰਨ ਇਹੀ ਹੈ ਵੀ ਜਿਹੜਾ ਇਕੱਠ ਕਰਨਾ ਪੈ ਗਿਆ ਇਹਦਾ ਕਾਰਨ ਇਹੀ ਆ ਸਾਨੂੰ ਦੱਸਦੇ ਸਾਡੇ ਕੋਲੇ ਆਉਂਦੇ ਇੱਕ ਵਾਰੀ ਵਾਰਨਿੰਗ ਦਿੰਦੇ ਠੀਕ ਹੈ ਹੁਣ ਉਹ ਕਹਿੰਦੇ ਨੇ ਅਸੀਂ ਪਤਾ ਨਹੀਂ ਉੱਥੇ ਪੰਜ ਸਕੂਲੇ ਪਤਾ ਨਹੀਂ ਕੋਈ ਉਹਨਾਂ ਨੇ ਉਹ ਕਰਿਆ ਹੈ ਨਾ ਉੱਥੇ ਸਾਨੂੰ ਉਹਦੇ ਚੀਜ਼ਾਂ ਦਾ ਕੀ ਪਤਾ ਬਾਈ ਸਾਡੇ ਨੌਲੇਜ ਤਾਂ ਇਹ ਨਹੀਂ ਇੱਕ ਵਾਰੀ ਵੀ ਨੌਲੇਜ ਨਹੀਂ ਉਹਨਾਂ ਨੇ ਇੱਕ ਵਾਰੀ ਗੱਲ ਕਰਵਾਉਂਦੇ ਨਾ ਗੰਦ ਬਣਾਉਣ ਹਟਦੇ ਫਿਰ ਆਪਾਂ ਕਰ ਲੈਂਦੇ ਗੱਲਬਾਤ ਬਾਈ ਠੀਕ ਹੈ ਹਾਂ ਜਿਹੜਾ ਬੰਦਾ ਬਾਈ ਕੋਈ ਗਲਤ ਕੰਮ ਕਰਦਾ ਜਾਂ ਪਿੰਡ ਦੇ ਵਿੱਚ ਗਲਤ ਕੰਮ ਕਰਾਉਂਦਾ ਸਾਨੂੰ ਪਤਾ ਹੈ ਵੀ ਕਿਹੜਾ ਬੰਦਾ ਅਸੀਂ ਨੰਗਾ ਚਿੱਟਾ ਕਰਾਂਗੇ ਪਰ ਅਸੀਂ ਨੰਗਾ ਚਿੱਟਾ ਉਸ ਹਿਸਾਬ ਨਾਲ ਕਰਾਂਗੇ ਸਾਡੇ ਸਾਰੇ ਪਿੰਡ ਦੇ ਵਿੱਚ ਪਤਾ ਲੱਗੇ ਵੀ ਹਾਂ ਬੰਦਾ ਕਿਹੜਾ ਸੀਗਾ